ਸਕੂਲ ਦੇ ਨੇੜੇ ਚੱਲੀ ਗੋਲੀ, ਮੌਕੇ ਤੇ ਮਚੀ ਹਫੜਾ ਦਫੜੀ, ਇੱਕ ਨੌਜਵਾਨ ਹੋਇਆ ਗੰਭੀਰ ਜ਼ਖਮੀ। ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ। ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਕੂਲ ਦੇ ਨੇੜੇ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੋ ਸ਼ਖਸ ਪੈਦਲ ਆਉਂਦੇ ਨੇ ਅਤੇ ਇੱਕ ਨੌਜਵਾਨ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ। ਹਾਲਾਂਕਿ ਤੁਸੀਂ ਸੀਸੀਟੀਵੀ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸਕੂਲ ਦੇ ਨੇੜੇ ਦਿਨ ਦਿਹਾੜੇ ਇਹ ਵਾਰਦਾਤ ਨੂੰ ਕੁਝ ਹਮਲਾਵਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ। ਹਾਲਾਂਕਿ ਉਹ ਹਮਲਾਵਰ ਪਹਿਲਾਂ ਪੈਦਲ ਆਉਂਦੇ ਨੇ ਅਤੇ ਇੱਕ ਨੌਜਵਾਨ 'ਤੇ ਫਿਰ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ। ਹਾਲਾਂਕਿ ਸੀਸੀਟੀਵੀ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਸਕੂਲੀ ਬੱਚੇ ਸਕੂਲ ਦੇ ਬਾਹਰ ਖੜ੍ਹੇ ਨੇ ਅਤੇ ਕਾਫੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਉੱਥੇ ਖਲੋਤੇ ਹੋਏ ਨੇ ਅਤੇ ਜਿਵੇਂ ਹੀ ਗੋਲੀ ਚੱਲਦੀ ਹੈ ਮੌਕੇ 'ਤੇ ਹਫੜਾ ਦਫੜੀ ਮੱਚ ਜਾਂਦੀ ਹੈ। ਹਰ ਕੋਈ ਇੱਧਰ ਉੱਧਰ ਨੂੰ ਭੱਜਦਾ ਹੋਇਆ ਵਿਖਾਈ ਦਿੰਦਾ ਅਤੇ ਫਿਲਹਾਲ ਉਸ ਨੌਜਵਾਨ ਦੀ ਜੋ ਸਥਿਤੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ। ਉਸਨੂੰ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ, ਹਜੇ ਉਹ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ। ਪਰ ਦਿਨ ਦਿਹਾੜੇ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ, ਇੱਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਆਸੇ ਪਾਸੇ ਦੇ ਲੋਕ ਇਹੀ ਸਮਝਦੇ ਨੇ ਕਿ ਇਲਾਕੇ 'ਚ ਸ਼ਾਇਦ ਬੱਚੇ ਕੋਈ ਪਟਾਕੇ ਆਦਿ ਚਲਾ ਰਹੇ ਨੇ, ਪਰ ਜਦੋਂ ਚੀਕ ਚਹਾੜਾ ਮੱਚਦਾ ਹੈ, ਹਫੜਾ ਦਫੜੀ ਮੱਚਦੀ ਹੈ ਤਾਂ ਸਭ ਉੱਥੇ ਜਾ ਕੇ ਵੇਖਦੇ ਨੇ ਤਾਂ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਕੇ ਗਲੀ ਦੇ ਵਿੱਚ ਹੀ ਡਿੱਗਿਆ ਹੁੰਦਾ ਹੈ, ਜਿਸ ਨੂੰ ਕਿ ਆਸੇ ਪਾਸੇ ਦੇ ਆਂਢ ਗੁਆਂਢ ਦੇ ਲੋਕਾਂ ਦੇ ਵੱਲੋਂ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਜਾਂਦਾ ਹੈ, ਉੱਥੇ ਲੈ ਕੇ ਜਾਂਦੇ ਨੇ। ਪਰ ਵੱਡੀ ਖਬਰ ਆਈ ਹੈ ਬਟਾਲਾ ਤੋਂ, ਜਿੱਥੇ ਕਿ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ। ਸਕੂਲ ਦੇ ਨੇੜੇ ਇੱਕ ਕਲੋਨੀ 'ਚ ਇਹ ਗੋਲੀ ਦੀ ਜੋ ਵਾਰਦਾਤ ਹੈ ਸਾਹਮਣੇ ਆਈ ਹੈ। ਮੌਕੇ 'ਤੇ ਪੁਲਿਸ ਪਹੁੰਚੀ ਹੈ ਔਰ ਪੁਲਿਸ ਦੇ ਵੱਲੋਂ ਜੋ ਇਸ ਸਾਰੇ ਮਾਮਲੇ ਦੀ ਜੋ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਫਿਲਹਾਲ ਹਜੇ ਤੱਕ ਇਹ ਸਪਸ਼ਟੀਕਰਨ ਨਹੀਂ ਆਇਆ ਕਿ ਕਿਸ ਕਰਕੇ ਜੋ ਇਹ ਗੋਲੀ ਚੱਲੀ ਹੈ, ਕਿਸ ਕਾਰਨ ਕਰਕੇ ਆਪਸ ਦੇ ਵਿੱਚ ਨੌਜਵਾਨ ਭਿੜੇ ਨੇ, ਕਿਉਂਕਿ ਦਿਨ ਦਿਹਾੜੇ ਜਿਸ ਹੱਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕਹਿ ਸਕਦੇ ਹਾਂ ਕਿ ਚਹਿਲ ਪਹਿਲ ਸੀਗੀ ਉਸ ਇਲਾਕੇ ਦੇ ਵਿੱਚ। ਔਰ ਉੱਥੇ ਦੋ ਹਮਲਾਵਰ ਪੈਦਲ ਆਉਂਦੇ ਨੇ ਅਤੇ ਫਿਰ ਆਪਣੇ ਡੱਬ 'ਚੋਂ ਹਥਿਆਰ ਕੱਢ ਕੇ ਨੌਜਵਾਨ 'ਤੇ ਗੋਲੀਆਂ ਚਲਾ ਦਿੰਦੇ ਨੇ। ਹਾਲਾਂਕਿ ਹਜੇ ਇਸ ਚੀਜ਼ਾਂ ਦੇ ਬਾਰੇ ਨਹੀਂ ਕਲੀਅਰ ਹੋ ਪਾਇਆ ਕਿ ਕੀ ਕਾਰਨ ਸੀ, ਕਿਸ ਕਾਰਨ ਦੇ ਵਜੋਂ ਉਹਨਾਂ ਨੇ ਉਸ ਨੌਜਵਾਨ 'ਤੇ ਗੋਲੀ ਚਲਾਈ। ਪਰ ਫਿਲਹਾਲ ਉਸ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਸੀਸੀਟੀਵੀ ਤਸਵੀਰਾਂ ਦੇ ਆਧਾਰ 'ਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ। ਤਾਂ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਕੂਲ ਦੇ ਨੇੜੇ ਇੱਕ ਨੌਜਵਾਨ 'ਤੇ ਕੁਝ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ। ਮੈਂ ਉੱਥੇ ਸਾਹਮਣੇ ਗੱਡੀ ਦਿਆ ਸੀਗਾ, ਸਾਫ਼ ਕਰਨ ਦਿਆ ਸੀਗਾ ਅਤੇ ਇੱਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕਿਹਾ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ, ਰੌਲਾ ਰੱਪਾ ਪੈਂਦੇ ਆ ਸਕੂਲ ਦੇ ਬੱਚਿਆਂ ਦਾ। ਅਤੇ ਅਚਾਨਕ ਹੀ ਉੱਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਵੱਲ ਅੱਧ ਨੂੰ ਹਾਡੇ ਵੱਲ ਨੂੰ ਭੱਜੇ ਆਏ ਨੇ ਅਤੇ ਵੈਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ। ਦੋ ਜਣੇ ਸੀਗੇ, ਪੈਦਲ ਸੀਗੇ, ਬਲੂ ਕਲਰ ਦੀ ਟੀ ਸ਼ਰਟ ਡਾਲੀ ਪਾਈ ਹੋਈ ਸੀ ਮੁੰਡੇ ਨੇ। ਅਤੇ ਫਿਰ ਰਾਜਕੁਮਾਰ ਜੀ ਉਹ ਪਿੱਛੇ ਗਿਆ, ਡੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਵਾ ਭੱਜਿਆ ਅਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ, ਮੈਂ ਗੋਲੀ ਮਾਰ ਦੇਣੀ ਨਹੀਂ ਤੇ। ਅਤੇ ਇਹ ਬੱਚਾ ਪਤਾ ਨਹੀਂ, ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕਿਸੇ ਨਾਲ ਹੈਗੀ ਕੁੰਦਕ, ਉਹਦੇ ਕਰਕੇ ਅਤੇ ਉਹ ਮੁੰਡੇ ਦੋ ਸੀਗੇ ਇੱਥੇ, ਪਤਾ ਨਹੀਂ ਲੰਘਦੇ ਪਏ ਸੀਗੇ ਕੌਣ ਸੀਗੇ, ਪਰ ਅਸੀਂ ਭੱਜੇ ਆਏ ਫਟਾਫਟ ਅਤੇ ਕੀ ਹੋਇਆ ਇੱਥੇ ਅਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਬਲੂਡ ਵਾਹਵਾ ਨਿਕਲਿਆ ਦਾ ਸੀਗਾ। ਕੌਣ ਲੈ ਗਿਆ? ਮੁੰਡੇ ਲੈ ਗਏ ਸਿਵਲ ਹੋਸਪਿਟਲ ਦੇ ਖਾਲ ਲੈ ਗਏ ਆ। ਇਹ ਜੀ, ਰਾਜਾ ਕ੍ਰਿਸ਼ਨ ਕਲੋਨੀ ਦੇ ਵਿੱਚ ਇੱਕ ਆਪਣਾ ਫਾਇਰ ਇੰਸੀਡੈਂਟ ਹੋਇਆ ਵਾ, ਉੱਥੇ ਮੈਂ ਮੌਕੇ 'ਤੇ ਪਹੁੰਚਿਆ ਵਾਂ ਅਤੇ ਮੌਕੇ 'ਤੇ ਆ ਕੇ ਅਤੇ ਉੱਥੇ ਵੇਖਿਆ ਵਾ ਅਤੇ ਬਾਕੀ ਤਫਤੀਸ਼ ਕਰਦੇ ਪਏ ਹਾਂ ਅਤੇ ਜੋ ਵੀ ਸਾਹਮਣੇ ਆਊਗਾ ਉਹ ਉਸ ਮੁਤਾਬਿਕ। ਕਿੰਨੇ ਰਾਊਂਡ ਫਾਇਰ ਹੋਏ, ਕਿਹਦੇ ਲੱਗੇ? ਇਹ ਜੀ ਹਜੇ ਵੈਰੀਫਾਈ ਕਰਦੇ ਪਏ ਹਾਂ।
ਜੋ ਵੀ ਪਤਾ ਲੱਗੂ ਉਸ ਮੁਤਾਬਿਕ ਕਰ ਲਿਓ। ਬੰਦਾ ਬਚ ਗਿਆ ਜਿਹਦੇ ਗੋਲੀ ਲੱਗੀ ਸੀ ਜਾਂ ਮਰ ਗਿਆ? ਇਹ ਜੀ ਸਿਵਲ ਹਸਪੀਟਲ ਲੈ ਗਏ ਆ ਅਤੇ ਉੱਥੇ ਜਾ ਕੇ ਪਤਾ ਕਰਦੇ ਹਾਂ ਕਿ ਬਚਿਆ ਕਿ ਮਰਿਆ।